ਹਰੀ ਵਰਗੇ ਬਾਈ ਆਪਣਾ ਨੇ ਕੈਫੇ ਖੋਲਿਆ, ਠੀਕ ਹੈ, ਜੈਕ ਬਾਕਸ ਵਿਸਾਲ ਵਾਲਿਆਂ ਦੇ ਜਮਾਂ ਨਾਲ ਹੈ ਅਤੇ ਬਹੁਤ ਹੀ ਅਲੀਸ਼ਾਨ ਮਹਿਲ ਵਾਂਗੂ ਬਣਾਇਆ ਹੋਇਆ। ਜੈਕ ਬਾਕਸ ਬੇਕਰੀ ਕੈਫੇ, ਸਾਨੂੰ ਪੜ੍ਹਨਾ ਥੋੜ੍ਹਾ ਘੱਟ ਹੀ ਆਉਂਦਾ। ਬਾਬੇ ਉਹ ਸਾਡੇ ਯਾਰ ਮਨਜੀਤ, ਅਤੇ ਇੱਥੇ ਆਪਣੀ ਸਹੇਲੀ ਨੂੰ ਲੈ ਕੇ ਆ ਸਕਦੇ ਹਾਂ, ਠੀਕ ਹੈ, ਤੁਸੀਂ ਆਪਣੇ ਸਹੇਲੀ ਨੂੰ ਲੈ ਕੇ ਆ ਸਕਦੇ ਹੋ, ਤੁਹਾਨੂੰ ਸਾਰਾ ਦਿਖਾਉਣੇ ਨੀਚੇ ਤੱਕ। ਜੇ ਕਈ ਵਾਰ ਤਾਂ ਖਤਰਾ ਤੁਹਾਡਾ ਕਿਸੇ ਕੁੜੀ ਦਾ ਦੂਸਰਾ ਆਸ਼ਕ ਬੈਠਾ, ਤੁਸੀਂ ਥੱਲੇ ਜਾ ਸਕਦੇ ਹੋ, ਠੀਕ ਹੈ, ਚੈੱਕ ਕਰਕੇ ਆ ਦੇਖੋ। ਬਹੁਤ ਹੀ ਵਧੀਆ ਪ੍ਰੋਜੈਕਟ ਹੈ, ਹਨੇਰਾ ਵੀ ਬਹੁਤ ਹੈ। ਲੀਲਾ ਭਵਨ ਵਿਸ਼ਾਲ ਵਾਲਿਆਂ ਦੇ ਨਾਲ ਹੈ, ਜੈਕ ਬਾਕਸ ਬੇਕਰੀ ਕੈਫ, ਆ ਜਾ ਵੀ ਆ ਜਾ, ਅਤੇ ਇੱਥੇ ਆ ਜਾ ਕਰੋ ਬਾਬੇ, ਉਹ ਤੁਹਾਨੂੰ ਡਿਸਕਾਊਂਟ ਦਿਆ ਕਰਨਗੇ, ਸਾਡਾ ਨਾਲ ਲੈ ਜਾ ਕਰੋ, ਤੁਹਾਨੂੰ ਡਿਸਕਾਊਂਟ ਕਰ ਦਿਆ ਕਰਨਗੇ, ਠੀਕ ਹੈ। ਅਤੇ ਸੌਸ ਫ੍ਰੀ ਹੈ, ਜੇ ਨਾ ਕੀਤਾ ਸੌਸ ਫ੍ਰੀ ਹੈ, ਨਾਲ ਬੀਅਰ ਦੀਆਂ ਬੋਤਲਾਂ ਪਾਣੀ। ਜੈਕ ਬਾਕਸ ਬੇਕਰੀ ਕੈਫੇ, ਸਾਨੂੰ ਪੜ੍ਹਨਾ ਥੋੜ੍ਹਾ ਘੱਟ ਹੀ ਆਉਂਦਾ। ਬਾਬੇ ਉਹ ਸਾਡੇ ਯਾਰ ਮਨਜੀਤ ਹਰੀ ਵਰਗੇ ਬਾਈ ਆਪਣਾ ਨੇ ਕੈਫੇ ਖੋਲਿਆ, ਠੀਕ ਹੈ, ਜੈਕ ਬਾਕਸ ਵਿਸਾਲ ਵਾਲਿਆਂ ਦੇ ਜਮਾਂ ਨਾਲ ਹੈ ਅਤੇ ਬਹੁਤ ਹੀ ਅਲੀਸ਼ਾਨ ਮਹਿਲ ਵਾਂਗੂ ਬਣਾਇਆ ਹੋਇਆ, ਅਤੇ ਇੱਥੇ ਆਪਣੀ ਸਹੇਲੀ ਨੂੰ ਲੈ ਕੇ ਆ ਸਕਦੇ ਹਾਂ, ਠੀਕ ਹੈ, ਤੁਸੀਂ ਆਪਣੇ ਸਹੇਲੀ ਨੂੰ ਲੈ ਕੇ ਆ ਸਕਦੇ ਹੋ, ਤੁਹਾਨੂੰ ਸਾਰਾ ਦਿਖਾਉਣੇ ਨੀਚੇ ਤੱਕ। ਜੇ ਕਈ ਵਾਰ ਤਾਂ ਖਤਰਾ ਤੁਹਾਡਾ ਕਿਸੇ ਕੁੜੀ ਦਾ ਦੂਸਰਾ ਆਸ਼ਕ ਬੈਠਾ, ਤੁਸੀਂ ਥੱਲੇ ਜਾ ਸਕਦੇ ਹੋ, ਠੀਕ ਹੈ, ਚੈੱਕ ਕਰਕੇ ਆ ਦੇਖੋ। ਬਹੁਤ ਹੀ ਵਧੀਆ ਪ੍ਰੋਜੈਕਟ ਹੈ, ਹਨੇਰਾ ਵੀ ਬਹੁਤ ਹੈ। ਲੀਲਾ ਭਵਨ ਵਿਸ਼ਾਲ ਵਾਲਿਆਂ ਦੇ ਨਾਲ ਹੈ, ਜੈਕ ਬਾਕਸ ਬੇਕਰੀ ਕੈਫ, ਆ ਜਾ ਵੀ ਆ ਜਾ, ਅਤੇ ਇੱਥੇ ਆ ਜਾ ਕਰੋ ਬਾਬੇ, ਉਹ ਤੁਹਾਨੂੰ ਡਿਸਕਾਊਂਟ ਦਿਆ ਕਰਨਗੇ, ਸਾਡਾ ਨਾਲ ਲੈ ਜਾ ਕਰੋ, ਤੁਹਾਨੂੰ ਡਿਸਕਾਊਂਟ ਕਰ ਦਿਆ ਕਰਨਗੇ, ਠੀਕ ਹੈ। ਅਤੇ ਸੌਸ ਫ੍ਰੀ ਹੈ, ਜੇ ਨਾ ਕੀਤਾ ਸੌਸ ਫ੍ਰੀ ਹੈ, ਨਾਲ ਬੀਅਰ ਦੀਆਂ ਬੋਤਲਾਂ ਪਾਣੀ। ਕੁੜੀਆਂ ਜਿਹੜਾ ਵੀ ਲਟਰਮ ਪਟਰਮ ਖਾਂਦੀਆਂ ਨੇ, ਲਟਰਮ ਪਟਰਮ ਸਾਰਾ ਇੱਥੇ, ਲਟਰਮ ਪਟਰਮ, ਲਟਰਮ ਪਟਰਮ, ਸਟਰਮ। ਚਾਚਾ ਵਾਓ, ਚਾਚਾ ਕਾਹਦਾ ਜੂਸ ਹੈ ਚਾਚਾ, ਹੈ ਗਾਜਰਾਂ ਦਾ, ਸ਼ਲਗਮ ਜੂਸ ਹੈ ਚਾਚਾ, ਸ਼ਲਗਮ ਦਾ। ਚਾਚਾ ਵਾਓ, ਚਾਚਾ ਨੂੰ ਕੀ ਕਹਿੰਦੇ ਨੇ, ਪੀਜ਼ਾ, ਹੈ ਪੈਟ ਵਾਰੀ ਪੀਜ਼ਾ, ਪੈਰੀ ਪੈਰੀ ਪੀਜ਼ਾ ਚਾਚਾ, ਪੈਰੀ ਪੈਣਾ ਚਾਚਾ, ਇਹ ਕਿਹੜਾ ਪੀਜ਼ਾ ਚਾਚਾ, ਜੈਕਸਬਰੋ, ਅਜੈਪਸ਼ਨ ਸਟਾਈਲ। ਇਹ ਪੀਜ਼ਾ ਬਹੁਤ ਘੱਟ ਮਿਲਦਾ ਪੰਜਾਬ 'ਚ, ਆਪਣੇ ਕਿਤੇ ਆਪਣੇ ਮਿਲਦਾ। ਬਾਬੇ ਮੇਰੀ ਕੁੜੀਆਂ ਨੂੰ ਬੇਨਤੀ ਹੈ, ਕੁੜੀਆਂ ਮੁੰਡੇ ਪੀਜ਼ਾ ਵਰਗ ਜਿਹੜੇ ਖਾਂਦੀਆਂ ਨੇ ਉਹ ਜ਼ਰੂਰ ਆਇਆ ਕਰੋ, ਠੀਕ ਹੈ। ਲੀਲਾ ਭਵਨ ਸਾਹਮਣੇ ਰੋਡ 'ਤੇ ਹੈ, ਜੈਕ ਬਾਕਸ। ਅਸੀਂ ਇੰਨਾ ਕੁਝ ਨਹੀਂ ਕਰ ਸਕਦੇ, ਸਾਡੀ ਇੰਨੀ ਸੇਵਾ ਨਾ ਕਰੋ, ਕਿਉਂਕਿ ਸਾਨੂੰ ਘਰੇ ਦਾ ਕੋਈ ਪਾਣੀ ਨਹੀਂ ਪੁੱਛਦਾ, ਅਸੀਂ ਸਿਰਫ ਛਿੱਤਰ ਖਾ ਸਕਦੇ ਹਾਂ, ਜਿੰਨੇ ਮਰਜ਼ੀ ਮਾਰ ਲਓ। ਇੰਸਪੈਕਟਰ ਸਾਹਿਬ ਜੀ ਆਏ ਨੇ, ਬੜੇ ਠੱਗ ਬੰਦੇ ਨੇ ਜੀ, ਇੰਸਪੈਕਟਰ ਸਾਹਿਬ ਰੀਬਲ ਸਿੱਧੂ ਬੜੇ ਠੱਗ, ਸਿਰੇ ਦੇ ਅਸ਼ਲੀਲ ਬੰਦੇ ਨੇ ਜੀ, ਬਹੁਤ ਸਾਰੀ ਇਹਦੇ ਗਰਲਫ੍ਰੈਂਡਾਂ ਨੇ, 11-12 ਦੀ ਸਹੇਲੀਆਂ ਨੇ, ਇਹਦੇ ਘਰ ਵਾਲੇ ਵੀ ਵੇਟ ਤੇ ਵੀ ਤਲਾਕ ਦੇ ਦੇ, ਹਾਂ ਘਰ ਵਾਲੇ ਵੀ। ਜੈਕ ਬਾਕਸ ਕਿ ਚੈੱਕ ਬਾਕਸ, ਇੰਸਪੈਕਟਰ ਸਾਹਿਬ ਤੁਸੀਂ ਸਾਡੇ ਤੇ ਪਰਚਾ ਕਿਉਂ ਨਹੀਂ ਕਰਾਇਆ, ਸਾਨੂੰ ਬਥੇਰਾ ਗਏ ਸਾਡੇ ਤੇ ਪਰਚਾ ਕਰਾਓ, ਠੱਗ ਬੰਦਾ ਭਾਵੇਂ ਠੱਗ ਬੰਦਾ, ਪਰਚਾ ਨਹੀਂ ਕਰਾਇਆ ਇਹਨੂੰ, ਬਥੇਰਾ ਗਏ ਫੋਨ ਪਰਚਾ ਕਰਾ ਦੇ ਸਾਡੇ ਤੇ, ਕੋਈ ਫਾਇਦਾ ਨਹੀਂ ਤੇਰਾ, ਰੀਪਲ ਸਿੱਧੂ ਤੇਰਾ ਕੋਈ ਫਾਇਦਾ ਨਹੀਂ, ਪੱਪੀ ਦੇ ਪੱਪੀ। ਬਾਬੇ ਉਹ ਸੰਤਾਂ ਨੂੰ ਬਾਹਲਾ ਨਜ਼ਾਰਾ, ਬਹੁਤ ਨਜ਼ਾਰਾ ਸੰਤਾਂ ਨੂੰ, ਸੰਤਾਂ ਦਾ ਨਾ ਤਾਂ ਟੂਲ ਪਲਾਜ਼ਾ ਲੱਗੇ, ਨਾ ਸੰਤ ਪਾਰਕਿੰਗ ਦੇਣ, ਨਾ ਸੰਤਾਂ ਦਾ ਖਾਣ ਪੀਣ ਦਾ ਖਰਚਾ, ਕੋਈ ਖਰਚਾ ਨਹੀਂ, ਕੱਖ ਦਾ ਵੀ। ਸੰਤਾਂ ਦਾ ਇੱਕ ਚੀਜ਼ ਹੋਰ ਵੀ ਫ੍ਰੀ ਆ, ਕੈਂਪ, ਕੈਂਪ ਲਈ ਕੋਠੀ ਫ੍ਰੀ, ਜਿੱਥੇ ਮਰਜ਼ੀ ਜਾਓ, ਸੰਤਾਂ ਨੂੰ ਖਸ ਖਸ ਫ੍ਰੀ, ਸੰਤਾਂ ਨੂੰ ਕਾਵਣੀਆਂ ਫ੍ਰੀ,
ਸੰਤ ਨੂੰ ਫੀਮ ਫ੍ਰੀ, ਕੋਈ ਖਰਚਾ ਨੀ, ਬਾਹਰ ਸਾਡੀ ਇੰਨੀ ਸੇਵਾ ਕਰਦੇ ਨੇ ਪਰ ਘਰੇ ਸਾਡਾ ਗੁਣ ਨੀ ਮੰਨਦੇ। ਭਾਂਡੇ ਵੀ ਸਾਨੂੰ ਮਾਂਜ ਕੇ ਆਪ ਧਰਨੇ ਪੈਂਦੇ, ਸਾਨੂੰ ਬਾਹਰ ਉਹੀ ਲੱਗਦਾ ਘਰੇ ਸਾਨੂੰ ਪੁੱਛ ਕੇ ਦੇਖੋ ਸਾਡੇ ਬਹੁਤ ਬੁਰੇ ਹਾਲਾਤ ਨੇ। ਘਰੇ ਕੋਈ ਪੁੱਛ ਗਏ ਸੀ ਜਾਨ ਸਰ ਛਿੱਤਰ ਪੈਣ ਲੱਗੇ, ਘਰੇ ਤਾਂ ਮੇਰਾ ਸਾਲਾ ਕੋਈ ਪਾਣੀ ਦਾ ਗਲਾਸ ਨੀ ਫੜਾਉਂਦਾ, ਪਰ ਬਾਹਰ ਨਜ਼ਾਰਾ ਬਹੁਤ ਚਾਚਾ, ਬਾਹਰ ਸਾਡੇ ਸਾਡਾ ਕੋਈ ਖਰਚ, ਅਸੀਂ ਬਾਹਰ ਪਤਾ ਕਿਉਂ ਤੁਰੇ ਫਿਰਦੇ, ਸਾਡਾ ਕੋਈ ਖਰਚਾ ਹੀ ਨੀ, ਕੋਈ ਖਰਚਾ ਨੀ ਸਾਡਾ, ਤਾਂ ਅਸੀਂ ਇੰਨੇ ਇੰਨੇ ਤੁਹਾਨੂੰ ਫਿਰਦੇ ਆ ਟਾਈਮਾਂ, ਸਾਡਾ ਤੇਲ ਵੀ ਫ੍ਰੀ ਹੋ ਜੂ ਗੱਡੀ, ਜੇ ਅਸੀਂ ਭੈਣ ਚੋਦ ਉਵੇਂ ਤੁਰੇ। ਵਜਨ ਤੋਲਣਾ ਵੀ ਮੇਰਾ ਚੰਡੀਗੜ੍ਹ ਜਾ ਕੇ ਕਿੰਨਾ ਵਜਨ ਘਟ ਗਿਆ ਮੈਂ ਦੇਖਣਾ, ਭੈਣ ਦੀ ਉਮਰ ਆ ਗਿਆ ਉਹ 3 ਕਿਲੋ। 20 ਦਿਨਾਂ ਬਾਅਦ ਵਾਪਸੀ, ਘਰ ਦੇ ਸਾਰੇ ਸੌਂ ਗਏ ਹੋਣਗੇ, ਬਾਪੂ ਤੋਂ ਬਹੁਤ ਗਾਲਾਂ ਮਿਲਣਗੀਆਂ ਕਿ ਵਜਨ ਕਢਵਾ ਕੇ ਆ ਗਿਆ, ਬਹੁਤ ਜ਼ਿਆਦਾ ਧੁੰਦ ਹੈ, ਬਹੁਤ ਜ਼ਿਆਦਾ ਠੰਡ ਹੈ, ਬਹੁਤ ਜ਼ਿਆਦਾ ਮੀਂਹ ਹੈ, ਹੁਣ ਜਿਹੜਾ ਸੋਚਿਓ ਵੀ ਪ੍ਰੋਡਿਊਸਰ ਘਰੇ ਆ ਗਿਆ ਵੀ ਉਹਨੂੰ ਮਿਲਣ ਚੱਲੀਏ, ਮੈਂ 2 ਦਿਨ ਨਹੀਂ ਮਿਲਦਾ, 20 ਦਿਨਾਂ ਬਾਅਦ ਘਰੇ ਆਇਆ, ਮੈਂ ਰੈਸਟ ਕਰਨੀ ਹੈ 20 ਦਿਨ, ਮੈਂ ਕਰਨੀ ਆ ਰੈਸਟ, 2 ਦਿਨ ਮੈਂ ਰੈਸਟ ਕਰੂੰਗਾ, ਕੋਈ ਨਾ ਮੈਨੂੰ ਮਿਲਣ ਆਇਓ, ਮੈਂ ਬਾਹਰ ਨਹੀਂ ਖੋਲਦਾ, ਤੜਕੇ 7 ਵਜੇ ਮਿਲਣ ਆ ਜਾਂਦੇ ਨੇ, ਪਲੀਜ਼ ਨਾ ਮਿਲਣ ਆਇਓ, 3-4 ਦਿਨਾਂ ਬਾਅਦ ਬਾਹਰ ਅੰਦਰ ਹੀ ਮਿਲਾਂਗੇ, ਧੰਨਵਾਦ, ਗੁੱਡ ਨਾਈਟ। ਸਤਿ ਸ਼੍ਰੀ ਅਕਾਲ ਬਾਪੂ, ਮੈਂ ਇੰਨਾ ਚਿਰ ਕਿੱਥੇ ਲੈ ਕੇ ਆਇਆ ਓਏ, ਚੰਡੀਗੜ੍ਹ ਨੂੰ ਪਾਣੀ ਲਾਉਣਾ ਸੀ, 100 ਕੰਮ ਕਰਨ ਆਏ ਸੀਗੇ। ਸੋਰੀ ਬਾਪੂ, ਸੋਰੀ, ਪਾਣੀ ਹੁਣ ਲਾ ਦਾਂਗੇ, ਸਾਰੇ ਕੰਮ ਨਿਬੇੜ ਦਾਂਗੇ ਬਾਪੂ, ਲਾ ਦੂਗੇ ਪਾਣੀ। ਪਿਓ ਵਜਨ ਬਹੁਤ ਘੱਟ ਗਿਆ, ਜਦੋਂ ਮੈਂ ਘਰੇ ਦੱਸਿਆ ਤਾਂ ਘਰਦਿਆਂ ਨੇ ਬਹੁਤ ਦੁੱਖ ਪ੍ਰਗਟਾਇਆ, 20 ਦਿਨਾਂ 'ਚ 4 ਕਿਲੋ ਵਜਨ ਘੱਟ ਗਿਆ, 3.5-4 ਕਿਲੋ ਘੱਟ ਗਿਆ, ਹੁਣ ਦੁਬਾਰੇ ਵਧਾਉਣਾ ਤਾਂ ਦੇਸੀ ਖੁਰਾਕਾਂ ਖਾਣੀਆਂ ਪੈਣੀਆਂ। ਕਹਿੰਦੇ ਇਹ ਦੇਖੋ ਜੀ, ਇਹ ਦੇਸੀ ਖੁਰਾਕਾਂ ਨੇ, ਇਹ ਖੋਆ ਘਰੀ ਕੱਢ ਕੇ ਆਈ ਲੱਡੂ ਵੱਟ ਕੇ ਧਰ ਦਿੰਦੇ ਨੇ, ਖਾਣਾ ਪੈਂਦਾ ਦੇਸੀ ਪੰਜੀਰੀਆਂ, ਬਹੁਤ ਜੜੀਆਂ ਬੂਟੀਆਂ ਪਾ ਕੇ ਬਣਾਈ ਹੈ, ਜੇ ਖਾਵੇ ਘਰ ਦਾ ਦੁੱਧ ਬੰਦਾ ਯਾਰ ਕਦੇ ਬਿਮਾਰ ਨਹੀਂ ਹੁੰਦਾ, ਮੇਰਾ ਰੰਗ ਵੀ ਕਾਲਾ ਹੋ ਗਿਆ, ਛਾਈਆਂ ਜਿਹੀਆਂ ਪੈਣ ਲੱਗ ਗਈਆਂ, ਇਹ ਸਾਰੀਆਂ ਘਾਟਾਂ ਕਰਕੇ ਹੋ ਗਈ, ਉੱਥੇ ਘਾਟਾਂ ਪੂਰੀਆਂ ਨਹੀਂ ਹੋਈਆਂ, ਹੁਣ 15-20 ਦਿਨਾਂ 'ਚ ਖੁਰਾਕ ਖਾਵਾਂਗੇ ਅਤੇ ਦੁਬਾਰੇ ਦੇਸੀ ਖੁਰਾਕਾਂ ਖਾ ਕੇ 5 ਕਿਲੋ ਵਜਨ ਵਧਾਵਾਂਗੇ। ਸਾਨੂੰ ਉੱਥੇ 20 ਦਿਨ ਲੱਗ ਗਏ, 20 ਦਿਨਾਂ ਦੇ ਵਿੱਚ ਇੱਕ ਮੁੰਡਾ ਆਇਆ ਸੀ ਰੋਹਤਕ ਤੋਂ, ਘਰੇ ਕਹਿੰਦੇ ਮੁੰਡਾ ਆਇਆ ਸੀ ਰੋਹਤਕ ਤੋਂ, ਭਾਰੀ ਆ ਮੁੰਡਾ ਸੀ, ਉਹ ਕੱਪੜੇ ਦੇ ਕੇ ਗਿਆ, ਕੱਪੜੇ ਦੇ ਕੇ ਗਿਆ, ਇੱਕ ਤਾਂ ਸੂਟ ਦੇ ਕੇ ਗਿਆ, ਅਸੀਂ ਕਿਹਾ ਸੀ ਵੀਡੀਓ 'ਚ ਸੂਟ ਪਾਉਣਾ, ਬੱਲੇ ਯਾਰ ਬਾਈ ਕਮਾਲ ਕਰੀ ਵੀ ਯਾਰ ਤਾਂ ਸੂਟ ਨਵਾਂ ਲੈ ਕੇ ਆਇਆ ਬਾਈ, ਰੈਡੀਮੇਡ ਸੂਟ, ਅਸੀਂ ਕਿਹਾ ਸੀ ਵੀਡੀਓ 'ਚ ਸੂਟ ਪਾਉਣਾ ਪਲਾਜੋ ਸੂਟ, ਯਾਰ ਕਮਾਲ ਕਰਤੀ ਵੀਰ ਨੇ, ਲੈ ਪਲਾਜੋ ਸੂਟ ਦੇ ਕੇ ਗਿਆ, ਕਿਸੇ ਕੁੜੀ ਨੇ ਤਾਂ ਨਹੀਂ ਦਿੱਤਾ ਪਰ ਸਾਡਾ ਯਾਰ ਸਾਡੇ ਵਾਸਤੇ ਹੋਰ ਵੀ ਬਹੁਤ ਕੁਛ ਦੇ ਕੇ ਗਿਆ, ਹੋਰ ਕੀ ਦੇ ਕੇ ਗਿਆ, ਲੈ ਬਾਈ ਯਾਰ ਨਵੀਂ ਵਰਦੀ ਪੁਲਿਸ ਵਾਲੀ ਯਾਰ ਕਮਾਲ ਹੈ, ਕਿਉਂਕਿ ਸਾਨੂੰ ਵਰਦੀ ਦੀ ਵੀ ਲੋੜ ਸੀ, ਮੈਂ ਸਟੋਰੀਆਂ ਪਾਉਂਦਾ ਸੀ, ਲੈ ਨਵੀਂ ਵਰਦੀ ਪੁਲਿਸ ਵਾਲੀ ਦੇ ਕੇ ਗਿਆ, ਕਮਾਲ ਕਰ ਗਿਆ ਬਾਈ। ਇਹ ਜਿਹੜਾ ਬਾਈ ਰੋਹਤਕ ਵਾਲਾ, ਮੈਨੂੰ ਇੰਸਟਾਗ੍ਰਾਮ 'ਤੇ ਨਹੀਂ ਪਤਾ ਲੱਗਦਾ ਕਿ ਕਿੰਨੇ ਕੁ ਮੈਸੇਜ ਆਏ ਹੋਣਗੇ, ਤੂੰ ਐਂ ਕਰ ਬਾਈ, ਸਾਡੇ ਨਾਲ ਦਾ ਜਿਹੜਾ ਬੱਗੀ ਡਾਉਣ ਹੈ ਜਾਂ ਗੁਰਵਿੰਦਰ ਗਿੱਲਾ, ਇਹਨਾਂ ਨੂੰ ਮੈਸੇਜ ਕਰ ਦੇ ਕਿ ਮੈਂ ਆ ਬਾਈ ਰੋਹਤਕ ਜਿਹੜਾ ਕੱਪੜੇ ਦੇ ਕੇ ਗਿਆ, ਅਤੇ ਫਿਰ ਮੈਂ ਉਹਨੂੰ ਮੈਸੇਜ ਕਰ ਲੂੰਗਾ, ਠੀਕ ਹੈ, ਮੈਨੂੰ ਮੈਸੇਜ ਨਾ ਕਰੀ, ਮੈਨੂੰ ਮੈਸੇਜ ਦਾ ਨਹੀਂ ਪਤਾ ਲੱਗਦਾ, ਦਿਨ 'ਚ 600-700 ਮੈਸੇਜ ਆ ਜਾਂਦਾ, ਇੰਨੇ ਮੈਸੇਜ ਨਹੀਂ ਚੈੱਕ ਹੁੰਦੇ। ਸੋ ਕਮਾਲ ਕਰ ਗਿਆ ਬਾਈ, ਸਟੋਰੀ ਤਾਂ ਬਹੁਤ ਟਾਈਮ ਪਹਿਲਾਂ ਦੀ ਪਈ ਹੋਈ ਸੀ, ਸਾਨੂੰ 1 ਮਹੀਨਾ ਪਹਿਲਾਂ ਦੀ ਵੀ ਸਾਨੂੰ ਸੂਟ ਚਾਹੀਦਾ, ਪਲਾਜੋ ਸੂਟ ਚਾਹੀਦਾ, ਇੱਕ ਵਰਦੀਆਂ ਚਾਹੀਦੀਆਂ ਨਵੀਆਂ, ਤਾਂ ਕਮਾਲ ਕਰ ਗਿਆ ਬਾਈ, ਬਹੁਤ ਦੂਰੋਂ ਆਇਆ ਵਿਚਾਰਾ, ਇੰਨਾ ਸੇਵਾ ਕਰਕੇ ਗਿਆ, ਤਾਂ ਮੈਂ ਤੈਨੂੰ ਦੇਖਣਾ ਚਾਹੁੰਦਾ ਕੌਣ ਹੈ ਇਹ ਜੀ ਸ਼ਖਸੀਅਤ। ਫਿਰ ਬਾਬਿਓ ਅਗਲੀ ਵੀਡੀਓ ਹੋਊਗੀ ਪਲਾਜੋ ਸੂਟ 'ਤੇ।
ਸਾਡੇ ਬੰਦੇ ਕੋਈ ਸੜੇ ਸੂਟ ਪਾਪਾ ਥੱਕ ਗਏ, ਹੁਣ ਪਲੱਜ ਸੂਟ ਪਾਵਾਂਗੇ, ਖੁੱਲ੍ਹੀ ਸਲਵਾਰ ਜਿਹਦੇ ਵਿੱਚ ਜੇ ਚੂਹਾ ਸਿੱਧਾ ਜਾਵੇ ਉੱਪਰ ਨੂੰ, ਪਲੱਜ ਸੂਟ ਪਾ ਕੇ ਜਦੋਂ ਜੱਟੇ ਨਿਕਲੂ ਨਾ ਖੇਤਾਂ ਵਿੱਚ ਗੋਹੇ ਦਾ ਬੱਠਲ ਲੈ ਕੇ, ਦੇਖੀ ਵਾ ਡਰ ਕੀ ਬਾਬਾ ਫਾਈਵ 'ਚ ਕੀ ਹੁੰਦਾ। ਸੋ ਤੇਰਾ ਨਾਮ ਵੀ ਲਿਖਾਂਗੇ ਵੀਡੀਓ 'ਚ ਵੀ ਕੱਪੜੇ ਕਿਹੜੇ ਬੰਦੇ ਨੇ ਦਿੱਤੇ, ਠੀਕ ਹੈ ਬੰਦਿਆ, ਰੋਹਤਕ ਤੋਂ ਆਇਆ ਵਿਚਾਰਾ, ਚੱਲ ਮਿਲਕੀ ਵੀ ਨਹੀਂ ਗਿਆ, ਸੋ ਕੋਈ ਗੱਲ ਨਹੀਂ। ਸੋ ਮੇਰੇ ਯਾਰ ਬੇਲੀ ਮੈਨੂੰ ਰੱਬ ਤੋਂ ਪਿਆਰੇ ਨੇ, ਸੋ ਮੈਂ ਯਾਰਾਂ ਬੇਲੀਆਂ ਨੂੰ ਬਹੁਤ ਸਲਾਮ ਕਰਦਾ। ਮੈਂ ਕੁੜੀਆਂ ਨੂੰ ਕਿਹਾ ਸੀ ਕਿ ਸਾਨੂੰ ਇੱਕ ਪਲੱਜ ਸੂਟ ਪੁਰਾਣੇ ਸੂਟ ਦਿਓ, ਕਿਸੇ ਕੁੜੀ ਨੇ ਸਾਨੂੰ ਸੂਟ ਜਾਂ ਪਲੱਜ ਸੂਟ ਜਾਂ ਪੁਰਾਣੇ ਸੂਟ ਨਹੀਂ ਦਿੱਤੇ, ਪਰ ਮੇਰਾ ਯਾਰ ਮੁੱਲ ਦੇ ਕੱਪੜੇ ਲੈ ਕੇ ਆ ਕੇ ਦੇ ਗਿਆ ਕੁੜੀਆਂ ਵਾਲੇ, ਉਹ ਵੀ ਬੰਦਾ ਪਾਉਂਦਾ ਨਹੀਂ, ਮੁੱਲ ਉਹਨੂੰ ਕਿਵੇਂ ਪਤਾ ਵਿਚਾਰੇ ਨੂੰ ਲੱਗਿਆ ਵੀ ਸੂਟ ਦਾ ਸਾਇਜ਼ ਕਿਵੇਂ ਲੈ ਕੇ ਆਇਆ। ਸੋ ਤਾਂ ਕਰਕੇ ਅਸੀਂ ਯਾਰਾਂ ਬੇਲੀਆਂ ਦੇ ਹੱਕਾਂ ਦੀ ਗੱਲ ਕਰਾਂਗੇ, ਸੋ ਕੁੜੀਆਂ ਦੀ ਭੰਡੀ ਸਮਾਰ ਕੇ ਕਰਾਂਗੇ, ਹਰਾਮ ਜ਼ਿਆਦੀਆਂ ਕੁੱਤੀਆਂ। ਇੱਕ ਅਪ੍ਰੈਲ ਤੋਂ ਪਹਿਲਾਂ ਬਹੁਤ ਨਵੀਆਂ ਚੀਜ਼ਾਂ ਲੈ ਕੇ ਆਵਾਂ। ਇੱਕ ਅਪ੍ਰੈਲ ਤੋਂ ਪਹਿਲਾਂ ਅਸੀਂ ਦੋ ਤਿੰਨ ਗਾਣੇ ਵੀ ਕਰਾਂਗੇ, ਗਾਣੇ ਲਿਖਾਵਾਂਗੇ ਵੀ ਫ੍ਰੀ 'ਚ, ਮਿਊਜ਼ਿਕ ਵੀ ਫ੍ਰੀ 'ਚ ਕਰਾਵਾਂਗੇ, ਅਤੇ ਵੀਡੀਓ ਵੀ ਫ੍ਰੀ 'ਚ ਬਣਵਾਵਾਂਗੇ। ਪੈਸੇ ਨਹੀਂ ਦਿੰਦੇ ਅਸੀਂ, ਕਿਉਂਕਿ ਅਸੀਂ ਨੰਗ ਬੰਦੇ ਹਾਂ, ਗਰੀਬ ਬੰਦੇ ਹਾਂ, ਪੈਸੇ ਅਸੀਂ ਨਹੀਂ ਦੇ ਸਕਦੇ, ਸਾਰਾ ਕੰਮ ਕਾਰ ਸੇਵਾ 'ਚ ਕਰਵਾਵਾਂਗੇ। ਅਤੇ ਦੇਖਿਓ ਫਿਰ ਉਹੀ ਬੰਦੇ 7-8 ਲੱਖ ਰੁਪਈਆ ਲਾ ਦਿੰਦੇ, 10 ਲੱਖ ਲਾ ਦਿੰਦੇ, ਅਸੀਂ ਫ੍ਰੀ ਵਾਲਾ ਗਾਣਾ ਦੇਖਿਓ ਫਿਰ ਕਿਵੇਂ ਜਾਊਗਾ, ਦੇਖਾਂਗੇ। ਬੱਲੇ ਬੱਲੇ 107 ਫੁੱਟ ਸਾਈਜ਼, ਬੱਲੇ ਬੱਲੇ ਕਾਕਾ ਸਲਵਾਰ ਤਾਂ ਸੋਹਣੀ ਹੈ ਕਾਕਾ, ਆਹ ਪਤਾ ਨਹੀਂ ਕਿਹੜਾ ਲੋਗੋ ਲੋਗੋ ਜੇ ਖਾਸੀ ਲੱਗੇ ਲੱਗਦੇ ਨੇ ਮੁੰਡਿਆ, ਬਹੁਤ ਸੋਹਣਾ ਸੂਟ ਹੈ, ਬਹੁਤ ਸੋਹਣਾ ਵਰਦੀ ਵੀ ਮੁੰਡਿਆ ਬਹੁਤ ਸੋਹਣੀ ਹੈ, ਸੰਤਰਾ ਯਾਨੀ ਆ ਹੈ ਸੰਤਰਾ ਮੈਡਮ ਜੀ ਅਰੇ ਜੈਵਰੀਨ ਜੈਵਰੀਨ ਤੇਰੇ ਤਾਏ ਦਾ ਵਿਆਹ ਹੋਊਗਾ ਕਿ ਨਹੀਂ ਹੁੰਦਾ ਨੀ ਪੱਕਾ ਪਤਾ ਤੈਨੂੰ ਹੋਊਗਾ ਪੁੱਤ ਮੈਨੂੰ ਲੱਗਦਾ ਨਹੀਂ ਲੱਗਦਾ ਹੋਊਗਾ ਪੁੱਤ ਮੇਰਾ ਵਿਆਹ ਹੋਊਗਾ ਨਹੀਂ ਹੁੰਦਾ ਫਿਰ ਮੇਰੇ ਵਿਆਹ ਦੇ ਲੱਡੂ ਖਾਏਗੀ ਹਾਂਜੀ ਜਮੀ ਲੱਸੀ ਕਰਤੀ ਜੈਵਰੀਨ ਜੈਵਰੀਨ ਤੇਰੇ ਮੁੱਕੀਆਂ ਬਹੁਤ ਪੈਣੀਆਂ ਫਲਾਂ ਦੇ ਨਾਮ ਦੇ ਨੇ ਕਿਹੜੇ ਕਿਹੜੇ ਜੈਕ ਹੋ ਰਿਹਾ ਜੈਕ ਮਾਮਾ ਕੋਲੇ ਜਾਣਾ ਸੰਤਰਾ ਪਾ ਜਾ ਦੇ ਸੰਤਰਾ ਇੱਕ ਫੜੀ ਦਿੰਦੀ ਨੀ ਦਿੰਦੀ ਨੀ ਸੰਤਰਾ ਨੂੰ ਦੇ ਨੂੰ ਸੰਤਰਾ ਵੱਢਦਾ ਨੀ ਪੁੱਤ ਨੂੰ ਖੰਘ ਲੱਗੀ ਹੋਈ ਹੈ ਖੰਘ ਲੱਗ ਗਈ ਉਹਨੂੰ ਜੈਕ ਮੈਨੂੰ ਸੰਤਰਾ ਨੀ ਦਿੰਦੀ ਦੇ ਸੰਤਰਾ ਦੇ ਸੰਤਰਾ ਨੂੰ ਆ ਜੈਕ ਆ ਜੈਕ ਸੰਤਰਾ ਨੀ ਦਿੰਦੀ ਜੈਕ ਇਹ ਮੈਨੂੰ ਯਾਕ ਜ਼ੁਕਾਮ ਲੱਗ ਗਿਆ ਖੰਘ ਲੱਗ ਗਈ ਟਾਈਫਾਇਡ ਤਾਂ ਨਹੀਂ ਹੋ ਗਿਆ ਕਿਤੇ ਟਾਈਫਾਇਡ ਯਾਕ ਆ ਰੇ ਆਇਆ ਰੇ ਵੈਰੀ ਗੁੱਡ ABC ਸੁਣਾ ਸਾਰਿਆਂ ਨੂੰ ABC ਤੈਨੂੰ 20 ਦਿਨ ਕਿਸੇ ਨੇ ਘੁਮਾਇਆ ਫਿਰਾਇਆ ਰੋਟੀ ਮਿਲਦੀ ਰਹੀ ਤੈਨੂੰ ਹੈਂ ਬੋਲ ਇਹ ਮੇਰਾ ਜੈਕ ਇੰਨਾ ਸਿਆਣਾ ਕੁੱਤਾ ਲੱਡੂ ਦਾ ਇਹਦੇ ਵਾਸਤੇ ਇੱਕੋ ਹੀ ਬਚਿਆ
ਜਿਹਨੂੰ ਮੈਂ ਕਹਿੰਦਾ ਨਹੀਂ ਖਾਣਾ ਤਾਂ ਖਾਂਦਾ ਨੀ, ਨਹੀਂ ਭੈਣ ਚੋ ਕੁੱਤੇ ਉਹਦੇ ਪੂਰੀ ਗਏ ਉਹਦੇ ਨੇ ਖਾਣ ਨਹੀਂ ਖਾਣ, ਜਿਹਨੂੰ ਹੱਥ ਲਾਇਆ ਥਾਪੜੇ ਪੈਣ ਕੇ ਤੇਰੇ ਨਹੀਂ ਖਾਣਾ ਨਹੀਂ ਖਾਣਾ। ਦੇਖੋ ਪੂਰੀ ਗੱਲ ਮਰਦਾ ਅੰਨੇ ਜਾ ਕੇ ਖਾ, ਇਹ ਜੇ ਖਾਧਾ ਤੇਰੇ ਥਾਪੜੇ ਪਤਾ ਕਿਵੇਂ ਪੈਣਗੇ, ਐਂ ਖਾਂਦਾ ਨੀਗਾ, ਚੱਲ ਖਾ ਲੈ ਖਾ ਲੈ ਖਾ ਲੈ ਖਾ ਲੈ ਕੋਈ ਨਾ। ਵੈਰੀ ਗੁੱਡ, ਖਾ ਲਿਆ, ਵੈਰੀ ਗੁੱਡ ਵੈਰੀ ਗੁੱਡ। ਹੁਣ ਜੇ ਮੈਨੂੰ ਬੈਠ ਇੱਥੇ ਉਹਦੀ ਬਾਜੂ, ਬਟ ਬੜਤ ਬਟ ਸੈਟ ਡਾਊਨ, ਪੂਰੀ ਗੱਲ ਮੰਨਦਾ ਜੀ ਨਹੀਂ ਲੱਗਿਆ, ਲਿੱਸਾ ਹੋ ਗਿਆ ਥੋੜ੍ਹਾ ਜਿਹਾ, ਇਹਨੂੰ ਕੋਈ ਭਜਾ ਕੇ ਲਿਆ ਰਹੇ ਸੀ, ਲੈ ਜਾ ਕੈਸ਼ ਕਰ ਲੈ, ਲੱਸੀ ਕਰਾਈ ਨਾ ਦਸ ਕੇ ਮੂਹਰੇ ਭੈਣ ਜਿਹੜਾ ਵਾ, ਕੈਚ ਕਰ ਹਾਂ ਲੈ ਕੈਚ ਕਰ ਕੈਚ, ਫਿਰ ਬੇਇੱਜ਼ਤੀ ਕਰਾ ਦੀ ਲੈ। ਆਇਆ ਕਰਾਂ 2 ਕਿਲੋਮੀਟਰ ਦੀ ਰੇਸ, ਬਹੁਤ ਟਾਈਮ ਹੋ ਗਿਆ ਭੱਜਿਆ ਨੂੰ, ਖਿੱਚਦੇ ਯਾਰ ਕੀ ਗੱਲ ਤੇਰੀ ਵੁੰਡ ਪਾੜ ਗਈ, ਅੱਜ ਤਾਂ ਭੈਣ ਚੋਂ ਤਾਂ ਕਿਲੋਮੀਟਰ ਵੀ ਨਹੀਂ ਭੱਜਿਆ, ਹੈਂ ਭੈਣ ਚੋਂ ਤਾਂ ਵਿਹਲਾ ਰਹਿਣ ਲੱਗ ਗਿਆ ਤੂੰ, ਹੈਂ ਰੱਸੀ ਕਰਾਤੀ ਭੈਣ ਚੋਂ ਦਾ, ਤੇਰੇ ਤਾਂ ਤੇਰੇ ਰੇਸ ਲਵਾਉਣੀ ਹਜੇ ਮੈਂ, ਤੈਨੂੰ ਚੰਡੀਗੜ੍ਹ ਲੈ ਕੇ ਜਾਣਾ ਹਜੇ ਮੈਂ, ਕੀ ਗੱਲ ਹੋ ਗਈ ਮਤਲਬ ਜੈਕ ਤੇਰੇ ਹੁਣ ਟੱਟੇ ਛਾਂਟ ਕਰਨੇ ਪੈਣਗੇ, ਟੱਟੇ ਛਾਂਟ ਜੈਕ ਬਿਮਾਰ ਹੋਇਆ ਪਿਆ ਬੇਚਾਰਾ ਲੱਗਦਾ, ਜੈਕ ਦੇ ਟੱਟੇ ਛਾਂਟ ਕਰੀਏ ਟੱਟੇ ਛਾਂਟ, ਇੱਕ ਤਾਂ ਬੇਚਾਰਾ ਹੈ ਵਰਜਨ ਹੈ, ਅੱਜ ਤੱਕ ਸੈਕਸ ਨਹੀਂ ਕਰਿਆ ਕਿਤੇ ਵੀ, ਮੁੱਠ ਮੱਠ ਮਾਰ ਕੇ ਸਾਰ ਲੈਂਦਾ ਭਗਤ ਬੰਦਾ, ਜੈਕ ਤੇਰੇ ਟੱਟੇ ਛਾਂਟ ਕਰੀ ਟੱਟੇ, ਕਿਸ ਕਰ ਪਹਿਲਾਂ ਇਹਦੇ ਨਾਲ, ਕਿਸੇ ਦੀ ਕੁੱਤੀ ਨਾ ਕਰਾਵਾਂ ਕਿਸੇ ਨਾਲ, ਚੰਡੀਗੜ੍ਹ ਗੱਦੀ ਕੁੱਤੀ ਨਾ ਕਰਾਵਾਂ ਕਿਸੇ ਨਾਲ, ਕੋਈ ਭਾਲ ਕੇ ਚੰਡੀਗੜ੍ਹ ਰੱਖੇ ਹੋਏ ਨੇ ਬਹੁਤ ਗੱਦੀ ਕੁੱਤੀਆਂ, ਘੁਮਾਉਂਦੇ ਫਿਰਦੇ ਹੁੰਦੇ ਨੇ ਹੱਥ ਨਹੀਂ ਜੱਫ ਲਵਾਉਣਾ ਵੀ ਵਰਜਨਾ, ਤੁਹਾਡਾ ਯਾਰ ਭਾਨਾ ਵੀ ਵਰਜਨਾ ਅਤੇ ਮੇਰਾ ਜੈਕ ਵੀ ਵਰਜਨਾ, ਅਸੀਂ ਵਰਜਨ ਡਿਊਟੀ ਤੋੜਾਂਗੇ 2020 'ਚ, ਕਿਉਂਕਿ 2020 ਮੁੰਡਿਓ ਕਿਵੇਂ ਹੋ, ਆ ਜਾਓ ਪ੍ਰੋਡਿਊਸਰ ਬੈਠੋ, ਆ ਜਾਓ ਆ ਜਾਓ ਆ ਜਾਓ, ਫੜ ਲਓ ਪ੍ਰੋਡਿਊਸਰ ਟੱਟੇ ਭੱਜ ਕੇ, ਹੋਰ ਜੀ ਕੀ ਹਾਲ ਨੇ ਸੱਗ ਤੇ, ਹੋਰ ਕਿਵੇਂ ਠੀਕ ਹੈ, ਆਇਆ ਮੁੰਡੇ ਇੱਧਰ ਖੜ ਜਾ, ਹੋਰ ਫਿਰ ਕਿੱਥੇ ਹੁੰਦੀ ਡਿਊਟੀ ਅੱਜ ਕੱਲ੍ਹ ਤੁਹਾਡੀ, ਇੱਥੇ ਆ ਪਿੰਡ ਪਿੰਡ ਹੀ, ਬਾਲ ਬੱਚੇ ਠੀਕ ਨੇ, ਤਾਂ ਰੋਲ ਦਈਏ ਵੀਡੀਓ 'ਚ, ਰੋਲ ਦੇ ਦਿਓ, ਕਾਹਦਾ ਰੋਲ ਦਈਏ, ਜੋ ਮਰਜ਼ੀ ਦੇ ਦਿਓ, ਵਧੀਆ ਦੇ ਦਿਓ, ਨਾਰਦ ਮੁਣੀ ਦਾ ਦੇ ਦਈਏ, ਦੇ ਦਿਓ, ਬਾ ਠੀਕ ਹੈ ਬਾ ਠੀਕ ਹੈ, ਕਿੱਥੇ ਹੁੰਦਾ ਹੁਣ ਤੂੰ, ਅੰਦਰਲੇ ਗੁਰਦੁਆਰੇ, ਬਾ ਠੀਕ ਹੈ ਤੁਹਾਨੂੰ ਲੈ ਕੇ ਜਾਵਾਂਗੇ, ਠੀਕ ਹੈ ਜੀ, ਖਿੱਚ ਦਿਓ ਖਿੱਚ ਦਿਓ, ਬਹੁਤ ਦੂਰ ਆ ਕਾਕਾ, ਬਹੁਤ ਦੂਰ ਆਇਆ ਜਾਂ ਭੱਜ ਕੇ ਆਇਆ, ਬਹੁਤ ਦੂਰ, ਬਹੁਤ ਟਾਈਮ 'ਚ ਲੱਗੂ ਤੈਨੂੰ ਆਉਣ 'ਚ, ਕਣਕਾਂ ਨਿਸਰੀਆਂ ਨਹੀਂ ਹਜੇ।